ਸਾਡੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ। ਅਸੀਂ ਸਾਰੇ ਬੜੇ ਖੁਸ਼ ਸੀਗੇ। ਪਹਿਲਾਂ ਵੀ ਦੋ ਸਨਮਾਨ ਤੋਂ ਪਹਿਲਾਂ ਹੋ ਚੁੱਕੇ ਆ, ਇੱਕ ਸੋਨੇ ਦਾ ਪਿੰਨ ਦੇ ਨਾਲ ਅਤੇ ਇੱਕ ਸੋਨੇ ਦੇ ਕੈਂਠੇ ਦੇ ਨਾਲ, ਇਹ ਤੀਸਰਾ ਸਨਮਾਨ ਦੇ ਆ। ਇਹਨਾਂ ਨੂੰ ਇੱਥੇ ਚੀਤੇ ਪਿੰਡ ਦੇ ਵਿੱਚ ਮਾਨ ਸਨਮਾਨ ਕੀਤਾ ਗਿਆ ਵਾ ਬਹੁਤ, ਹਾਂਜੀ, ਸੋਨੇ ਦੇ ਕੈਂਠੇ ਨਾਲ। ਅੱਗੇ ਵੀ ਇਹਨਾਂ ਸੋਨੇ ਦੇ ਪੈਨ ਨਾਲ ਸਨਮਾਨਿਤ ਕੀਤਾ ਗਿਆ ਸੀ, ਫਿਰ ਇਹਨਾਂ ਨੇ ਰਟੋਲ ਪਿੰਡ ਤੋਂ ਇਹਨਾਂ ਨੂੰ ਕੈਂਠੇ ਨਾਲ ਉੱਥੇ ਨੂੰ ਸਨਮਾਨਿਤ ਕੀਤਾ ਗਿਆ ਸੀ, ਹੁਣ ਇਹਨਾਂ ਪਿੰਡ ਚੀਤਿਆਂ ਤੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ। ਸਭ ਤੋਂ ਪਹਿਲਾਂ ਮੈਂ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਹਾਂ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਹੈ ਕਿ ਅਸੀਂ ਗੁਰੂ ਦਾ ਜਸ ਕਰ ਸਕੀਏ। ਫਿਰ ਉਹਨਾਂ ਵੀਰਾਂ ਦਾ ਧੰਨਵਾਦ ਹੈ, ਵੀਰ ਜਗਰੂਪ ਸਿੰਘ ਜੋ UK ਦੀ ਧਰਤੀ 'ਤੇ, ਵੀਰ ਜਗਦੀਪ ਸਿੰਘ ਕਤਰ ਦੀ ਧਰਤੀ 'ਤੇ ਆ, ਵੀਰ ਪਰਮਜੀਤ ਸਿੰਘ ਚੀਤਿਆਂ ਤੋਂ, ਸਾਰੇ ਵੀਰਾਂ ਨੇ ਰਲ ਕੇ ਨਾਲ ਸਮੁੱਚੀ ਚੀਤੇ ਨਗਰ ਦੀ ਸੰਗਤ ਨੇ ਰਲ ਕੇ ਜੋ ਇਹ ਸਾਡੇ ਜਥੇ ਨੂੰ, ਮੈਨੂੰ ਇਕੱਲੇ ਨੂੰ ਨਹੀਂ, ਮੇਰੇ ਸਾਥੀਆਂ ਸਮੇਤ ਵੀਰ ਗੁਰਸ਼ਰਨ ਸਿੰਘ ਕੋਟਖਹਿਰਾ, ਵੀਰ ਸ਼ੇਰ ਸਿੰਘ ਮੇਰੇ ਸਾਥੀ ਨੇ, ਸਾਰੇ ਜਥੇ ਦਾ ਉਹਨਾਂ ਨੇ ਸਨਮਾਨ ਕੀਤਾ ਹੈ। ਅਤੇ ਮੇਰੇ ਇਕੱਲੇ ਜਥੇ ਦਾ ਸਨਮਾਨ ਹੀ ਸਮੁੱਚੇ ਕਵੀਸ਼ਰ ਜਗਤ ਦਾ ਸਨਮਾਨ ਹੈ। ਅਤੇ ਸੋ ਮੈਂ ਉਹਨਾਂ ਸਾਰੀਆਂ ਸੰਗਤਾਂ ਦਾ, ਉਹਨਾਂ ਵੀਰਾਂ ਦਾ ਧੰਨਵਾਦ ਕਰਦਾ। ਬਹੁਤ ਖੁਸ਼ੀ ਹੁੰਦੀ ਹੈ ਕੋਈ ਕਿਸੇ ਵੀ ਖੇਤਰ ਵਿੱਚ ਜਦੋਂ ਮਿਹਨਤ ਕਰਦਾ ਹੈ ਅਤੇ ਜਦੋਂ ਉਹਨੂੰ ਸਨਮਾਨ ਮਿਲਦਾ ਹੈ। ਸਨਮਾਨ ਦੀ ਕੀਮਤ ਕੋਈ ਨਹੀਂ ਹੁੰਦੀ, ਉਹ ਭਾਵੇਂ ਛੋਟੀ ਕੀਮਤ ਦਾ ਹੋਵੇ ਭਾਵੇਂ ਵੱਡੀ ਦਾ, ਪਰ ਉਹਦੇ ਵਿੱਚੋਂ ਹੌਂਸਲਾ ਬੜਾ ਵੱਡਾ ਮਿਲਦਾ। ਅਤੇ ਫਿਰ ਜਿਸ ਦਾ ਸਨਮਾਨ ਹੁੰਦਾ ਹੈ ਉਸ ਇਕੱਲੇ ਨੂੰ ਹੌਂਸਲਾ ਨਹੀਂ, ਉਸ ਖੇਤਰ ਵਿੱਚ ਜੁੜੇ ਹੋਏ ਸਾਰੇ ਲੋਕਾਂ ਨੂੰ ਹੌਂਸਲਾ ਮਿਲਦਾ ਵੀ ਅੱਜ ਇਹਨਾਂ ਦਾ ਸਨਮਾਨ ਹੋਇਆ, ਕੱਲ੍ਹ ਨੂੰ ਸਾਡੀ ਵੀ ਵਾਰੀ ਹੋਵੇਗੀ। ਉਹ ਇਸ ਕਰਕੇ ਉਹ ਹੋਰ ਦੁੱਗਣੀ ਮਿਹਨਤ ਕਰਦੇ ਨੇ। ਪਰ ਜਿਨ੍ਹਾਂ ਦੇ ਹਾਲਾਤ ਅਸੀਂ ਆਖਦੇ ਹਾਂ ਕਿ ਬਹੁਤੇ ਵਧੀਆ ਨਹੀਂ, ਪਰ ਮੇਰੀ ਕੌਮ ਦੀ ਇਹ ਤਰਾਸਦੀ ਹੈ ਕਿ ਅਸੀਂ ਗੁਰੂ ਕੇ ਵਜ਼ੀਰਾਂ ਨੂੰ ਨਹੀਂ ਸੰਭਾਲਿਆ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਗੁਰੂ ਕੇ ਵਜ਼ੀਰ ਲੱਭਣੇ, ਢਾਡੀ ਕਮਿਸ਼ਨ ਲੱਭਣੇ ਬੜੇ ਮੁਸ਼ਕਲ ਹੋਣਗੇ। ਵੈਸੇ ਕਦੇ ਖਤਮ ਨਹੀਂ ਹੋ ਸਕਦੇ, ਇਹ ਤਾਂ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਗੁਰੂ ਸਾਹਿਬ ਦੀ ਬੜੀ ਰਹਿਮਤ ਹੈ, ਪਰ ਇਹਨਾਂ ਦਾ ਜਿੰਨਾ ਵੀ ਅਸੀਂ ਸਤਿਕਾਰ ਕਰ ਲਈਏ ਉਨਾ ਥੋੜ੍ਹਾ ਹੋਵੇਗਾ। ਸੋ ਮੇਰੀ ਬੇਨਤੀ ਹੈ ਕਿ ਗੁਰੂ ਕੇ ਰਾਗੀ ਢਾਡੀ ਕਵੀਸ਼ਰ ਸਿੰਘਾਂ ਦਾ ਜਿੰਨਾ ਵੀ ਤੁਸੀਂ ਸਤਿਕਾਰ ਕਰ ਸਕਦੇ ਹੋ ਉਨਾ ਹੀ ਥੋੜ੍ਹਾ ਹੈ। ਮੇਰਾ ਇਸੇ ਸਾਲ ਦੇ ਵਿੱਚ ਇਹ ਤੀਸਰਾ ਵੱਡਾ ਸਨਮਾਨ ਹੈ, ਕਿਉਂਕਿ ਪਹਿਲਾਂ ਬਾਬਾ ਦਰਸ਼ਨ ਸਿੰਘ ਜੀ ਢਾਬਸਰ ਵਾਲੇ, ਉਹਨਾਂ ਵੱਲੋਂ ਪਿੰਡ ਕਰੀ ਕਲਾਂ ਫਿਰੋਜ਼ਪੁਰ ਦੀ ਧਰਤੀ 'ਤੇ ਸੋਨੇ ਦੇ ਪੈਨ ਦੇ ਨਾਲ ਸਾਡੇ ਜਥੇ ਨੂੰ ਸਨਮਾਨ ਕੀਤਾ ਗਿਆ। ਫਿਰ ਜੁਲਾਈ ਮਹੀਨੇ ਵਿੱਚ ਨਗਰ ਰਟੌਲ ਦੀ ਧਰਤੀ 'ਤੇ NRI ਵੀਰਾਂ ਵੱਲੋਂ ਅਤੇ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲਿਆਂ ਵੱਲੋਂ ਸੋਨੇ ਦੇ ਕੈਂਠੇ ਦੇ ਨਾਲ ਸਨਮਾਨ ਕੀਤਾ ਗਿਆ। ਅਤੇ ਹੁਣ ਇਹ ਤੀਸਰਾ ਸਨਮਾਨ ਸਾਨੂੰ ਇਸੇ ਹੀ ਸਾਲ ਦੇ ਵਿੱਚ ਸਾਡੇ NRI ਭਰਾਵਾਂ ਵੱਲੋਂ ਦੇ ਕਰਕੇ ਨਿਵਾਜਿਆ ਗਿਆ ਹੈ। ਮੈਂ ਜੀ ਕਹਿੰਦਾ ਜੀ ਵਾਹਿ ਬਹੁਤ ਕਿਰਪਾ ਵਾਹਿਗੁਰੂ ਪਾਤਸ਼ਾਹ, ਜੋ ਗੁਰੂ ਪਾਤਸ਼ਾਹ ਨੇ ਆਪਣੇ ਲੜ ਲਾ ਕੇ ਇੰਨੀ ਸੋਭਾ ਦਵਾਈ ਆ ਜੀ ਮਾਰੇ ਸੱਚੇ ਪਾਤਸ਼ਾਹ। ਅਸੀਂ ਤਾਂ ਵੀ ਹਰ ਇੱਕ ਨੂੰ ਵੀ ਇਹ ਸੋਭਾ ਸਤਿਗੁਰੂ ਪਾਤਸ਼ਾਹ ਦਵਾਵੇ, ਅਤੇ ਬੜੀ ਕਿਰਪਾ ਸਤਿਗੁਰੂ ਦੀ, ਕਿਉਂਕਿ ਸਤਿਗੁਰੂ ਉਹ ਨਿਵਾਜਣ ਵਾਲਾ ਆਪ ਹੈ ਮੇਰਾ ਵਾਹਿਗੁਰੂ, ਕਿਉਂਕਿ ਜੋ ਸੋਝੀ ਬਖਸ਼ਦਾ ਸਤਿਗੁਰੂ ਆਪਣੇ ਨਾਲ ਲਾ ਲੈਂਦਾ, ਅਤੇ ਸੋ ਕਿਰਪਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹਨਾਂ ਨੇ ਸੋਝੀ ਬਖਸ਼ ਕੇ ਗੁਰੂ ਸੰਦੀਪ ਸਿੰਘ ਨੂੰ ਆਪਣੇ ਨਾਲ ਜੋੜਿਆ। ਅਤੇ ਆਪਣੇ ਬਹੁਤ ਲਹਿਰ ਹੈ ਗੁਰੂ ਕਿਰਪਾ ਦੀ। ਮਹਾਰਾਜ ਭਾਈ ਸੰਦੀਪ ਸਿੰਘ ਨੇ ਪਿੰਡ ਦਾ ਨਾਂ ਰੋਸ਼ਨ ਕੀਤਾ, ਜ਼ਿਲ੍ਹੇ ਦਾ ਨਾਂ ਰੋਸ਼ਨ, ਗੁਰੂ ਰਾਮਦਾਸ ਜੀ ਨਗਰੀ ਦਾ ਨਾਂ ਰੋਸ਼ਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਨੇ। ਮਹਾਰਾਜ ਬਹੁਤ ਕਿਰਪਾ ਜੀ, ਬਹੁਤ ਕਿਰਪਾ ਵਾਹਿਗੁਰੂ ਜੀ। ਹਰ ਕੋਈ ਨਾਮ ਜਾਣਦਾ ਸੰਦੀਪ ਸਿੰਘ ਦੇ ਨਾਂ ਨਾਲ ਪਿੰਡ ਮਹਿਮੀ ਦੇ ਨਾਲ ਜਾਣਿਆ ਜਾਂਦਾ, ਜੋ ਪਿੰਡ ਮਹਿਮੀ ਤੋਂ ਭਾਈ ਸੰਦੀਪ ਸਿੰਘ ਹੈਗੇ ਜੀ, ਉਹਦੇ ਨਾਂ ਨਾਲ ਨਿਵਾਜਿਆ ਜਾਂਦਾ। ਸਾਡੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਸੀਗੀ ਕਿ ਮੇਰੇ ਪਾਪਾ ਨੂੰ ਇਸ ਤਰ੍ਹਾਂ ਸਨਮਾਨਿਤ ਕੀਤਾ ਗਿਆ ਹੈ। ਅਸੀਂ ਸਾਰੇ ਬੜੇ ਖੁਸ਼ ਸੀਗੇ। ਅਤੇ ਪਹਿਲੀ ਵੀ ਸਨਮਾਨਿਤ ਹੋਇਆ ਕਿ ਜਾਂ ਪਹਿਲੀ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ? ਨਹੀਂ, ਪਹਿਲੇ ਵੀ ਕੀਤਾ ਗਿਆ। ਪਹਿਲਾਂ ਇੱਕ ਵਾਰੀ ਕੈਂਠਾ ਮਿਲਿਆ ਸੀਗਾ ਅਤੇ ਇੱਕ ਵਾਰੀ ਪੈਨ ਮਿਲਿਆ ਸੀਗਾ। ਅਤੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਲੋਕ ਜਿਹੜੇ ਇੰਨਾ ਮਾਸਕ ਦੇਣ ਲੱਗ ਪਏ ਨੇ ਤੀਸਰੀ ਨੂੰ, ਤੁਹਾਡੇ ਜਥਿਆਂ ਨੂੰ, ਕੀ ਕਹਿਣਾ ਚਾਹੋਗੇ? ਇਹ ਕਿ ਬੜੀ ਖੁਸ਼ੀ ਹੁੰਦੀ ਵੇਖ ਕੇ ਜਦੋਂ ਆਪਣੇ ਪਰਿਵਾਰ ਨੂੰ ਸਤਿਕਾਰ ਮਿਲਦਾ, ਆਪਣੇ ਪਿਤਾ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਸਾਰਾ ਕੁਛ ਵੇਖ ਕੇ ਬੜਾ ਮਾਣ ਮਹਿਸੂਸ ਹੁੰਦਾ ਹੈ ਆਪਣੇ ਪਰਿਵਾਰ ਦੇ। ਇਲਾਕੇ ਵਿੱਚ ਕਿੰਨੀ ਖੁਸ਼ੀ ਲੈ ਰਹੇ?
ਸਾਰੇ ਬੜੇ ਖੁਸ਼ ਨੇ ਸਾਡੇ ਲਾਗੇ। ਹਾਂਜੀ, ਮੈਂ ਵੱਡੇ ਕੋਈ ਡਾਕਟਰ ਬਣਨਾ ਚਾਹੁੰਦੀ ਹਾਂ। ਉਹ ਵੀ ਨਾਲ ਦੇ ਨਾਲ ਅਸੀਂ ਸਿੱਖੀ ਨੂੰ ਨਾਲ ਹੀ ਰੱਖਣਾ ਚਾਹੁੰਦੇ ਹਾਂ ਆਪਣੇ। ਬਹੁਤ ਖੁਸ਼ੀ ਆ ਜੀ ਪਰਿਵਾਰ ਦੇ ਵਿੱਚ, ਤੁਸੀਂ ਵੇਖ ਹੀ ਰਹੇ ਸਾਰੇ ਜੀ ਪਰਿਵਾਰ ਦੇ ਇਕੱਠੇ ਹੋਏ ਆ ਜੀ, ਬਹੁਤ ਖੁਸ਼ੀ ਆ ਜੀ। ਤੇ ਪਹਿਲੇ ਵੀ ਸਨਮਾਨ ਕੀਤਾ ਕਿ ਅੱਗੇ ਹੋਇਆ ਇਹਨਾਂ ਨੂੰ? ਨਹੀਂ, ਪਹਿਲਾਂ ਵੀ ਦੋ ਸਨਮਾਨ ਤੋਂ ਪਹਿਲਾਂ ਹੋ ਚੁੱਕੇ ਆ, ਇੱਕ ਸੋਨੇ ਦਾ ਪਿੰਨ ਦੇ ਨਾਲ ਅਤੇ ਇੱਕ ਸੋਨੇ ਦੇ ਕੈਂਠੇ ਦੇ ਨਾਲ, ਇਹ ਤੀਸਰਾ ਸਨਮਾਨ ਤੇ ਆ ਜੀ। ਕਿੰਨਾ ਕੁ ਚੰਗਾ ਲੱਗਦਾ ਜਦੋਂ ਇਲਾਕੇ ਦਾ ਨਾਂ ਹੈ? ਬਹੁਤ ਖੁਸ਼ੀ ਹੁੰਦੀ ਆ ਜੀ ਜਦੋਂ ਆਪਣਾ ਪਰਿਵਾਰ, ਆਪਣੇ ਭੈਣ ਭਰਾ ਆਪਣਾ ਨਾਮ ਰੋਸ਼ਨ ਕਰਦੇ ਆ, ਅਤੇ ਬਹੁਤ ਖੁਸ਼ੀ ਹੁੰਦੀ ਹੈ ਇਹ ਗੱਲ ਦੀ। ਮਹਿਮਾ ਪਿੰਡ 'ਚ ਕਿੰਨੀ ਕੁ ਚਰਚਾ ਇਸ ਚੀਜ਼ ਦੀ? ਮਹਿਮੇ ਪਿੰਡ ਦੇ ਵਿੱਚ ਸਾਰੇ ਪਿੰਡ ਦੇ ਵਿੱਚ ਬਹੁਤ ਚਰਚਾ ਵਾ ਜੀ, ਸਾਰਾ ਮਹਿਮਾ ਜੀ ਤਕਰੀਬਨ ਹੋਮਾ ਵਾ ਆ ਕੇ ਪਹੁੰਚਿਆ ਵਾ, ਸਾਰਿਆਂ ਨੇ ਆਣ ਕੇ ਵਧਾਈ ਦਿੱਤੀ ਆ, ਹੌਸਲਾ ਵਧਾਈ ਕਰਕੇ ਗਏ ਆ, ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜਿਹੜੇ ਪੰਜਾਬ ਤੋਂ ਗਏ ਨੇ ਇਹਨਾਂ ਦੇ ਵੀਰ, ਉਹਨਾਂ ਵੱਲੋਂ ਸਨਮਾਨ ਕੀਤਾ ਗਿਆ ਆਪਣੇ ਸੰਬੰਧ ਘੜ ਕੇ? ਹਾਂਜੀ, ਉਹਨਾਂ ਦਾ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ, ਜਿਹੜੇ ਆਪਣੇ ਪੰਜਾਬ ਬਾਰੇ ਬਹੁਤ ਸੋਚਦੇ ਆ, ਪਿੱਛੇ ਫਿਕਰ ਰੱਖਦੇ ਆ, ਆਪਣੇ ਭੈਣ ਭਰਾਵਾਂ ਦਾ ਜਿਹੜਾ ਮਾਣ ਸਨਮਾਨ ਕਰਦੇ ਆ, ਧੰਨਵਾਦ ਹੈ ਜੀ ਉਹਨਾਂ ਦਾ ਵੀ। ਇਹਨਾਂ ਨੂੰ ਇੱਥੇ ਚੀਤੇ ਪਿੰਡ ਦੇ ਵਿੱਚ ਮਾਣ ਸਨਮਾਨ ਕੀਤਾ ਗਿਆ ਵਾ ਬਹੁਤ। ਹਾਂਜੀ, ਸੋਨੇ ਦੇ ਕੈਂਠੇ ਨਾਲ ਅੱਗੇ ਵੀ ਇਹਨਾਂ ਸੋਨੇ ਦੇ ਪੈਨ ਨਾਲ ਸਨਮਾਨਿਤ ਕੀਤਾ ਗਿਆ ਸੀ, ਫਿਰ ਇਹਨਾਂ ਨੇ ਰਟੋਲ ਪਿੰਡ ਤੋਂ ਇਹਨਾਂ ਨੂੰ ਕੈਂਠੇ ਨਾਲ ਉੱਥੇ ਸਨਮਾਨਿਤ ਕੀਤਾ ਗਿਆ ਸੀ, ਹੁਣ ਇਹਨਾਂ ਪਿੰਡ ਚੀਤਿਆਂ ਤੋਂ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ। ਕਿੰਨੀ ਖੁਸ਼ੀ ਹੈ ਪਰਿਵਾਰ, ਬਹੁਤ ਖੁਸ਼ੀ ਆ ਕਿ ਅਸੀਂ ਦੱਸ ਨਹੀਂ ਸਕਦੇ ਕਿ ਸਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ। ਇਲਾਕੇ ਦਾ ਕਿੰਨਾ ਨਾਂ ਰੋਸ਼ਨ ਕਰ ਦਿੱਤਾ? ਬਹੁਤ ਨਿਕੇ, ਬਹੁਤ ਨਾ ਕਿ ਦੇਸਾਂ ਵਿੱਚ ਇਹਨਾਂ ਨੇ ਨਾਂ ਰੋਸ਼ਨ ਕਰ ਦਿੱਤਾ ਹੈਗਾ ਇਲਾਕੇ ਦਾ। ਕੀ ਲੱਗਦਾ ਵੀ ਹੁਣ ਪੰਜਾਬ ਦੇ ਜਿਹੜੇ ਨੌਜਵਾਨ ਨੇ ਜਾਂ ਲੋਕ ਨੇ ਹੁਣ ਇਸ ਤਰ੍ਹਾਂ ਗੁਰੂਦੇਵ ਜੀ ਦਾ ਇਹਨਾਂ ਦਾ ਮਾਣ ਸਨਮਾਨ ਕਰਨੇ ਸਿੱਧੇ ਰਾਹ ਪੈ ਗਏ ਨੇ? ਹਾਂਜੀ ਹਾਂਜੀ ਹਾਂਜੀ, ਕਿ ਵੇਖੋ ਮਹਾਰਾਜ ਦੀ ਕਿਰਪਾ ਨਾਲ ਜੇ ਕੋਈ ਬੱਚਾ ਆਪਣਾ ਸੁਧਰਨ ਆਪ ਗੁਰੂ ਮਹਾਰਾਜ ਨੇ ਲੜ ਲੱਗਣਾ ਚਾਹੁੰਦਾ ਕਿ ਇਹਦੇ ਵਿੱਚ ਕੋਈ ਨਹੀਂ ਹੈਗਾ, ਦਿੱਕਤ ਨਹੀਂ ਹੈਗੀ ਕਿ ਉਹ ਵੱਧ ਚੜ੍ਹ ਕੇ ਆਪਣਾ ਕੰਮ ਕਰ ਸਕਦੇ ਨੇ। ਵਿਦੇਸ਼ਾਂ ਵਿੱਚ ਵੀ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਵੀ ਧੰਨਵਾਦ ਬਹੁਤ, ਜਿਹੜਾ ਨੇ ਇਹਨਾਂ ਨੇ ਇੰਨਾ ਮਾਣ ਮਹਿਸੂਸ ਕਰ ਮਾਣ ਦਿੱਤਾ ਮੇਰੇ ਹਸਬੈਂਡ ਨੂੰ। ਅਸੀਂ ਦੇਖਿਆ ਪਰਿਵਾਰ ਵਿੱਚ ਜਦੋਂ ਆਏ ਸੀ ਭਾਈ ਸਾਹਿਬ ਤੇ ਬੱਚਿਆਂ ਵੱਲੋਂ ਵੀ ਜਿਹੜਾ ਕਿ ਮੂੰਹ ਮਿੱਠਾ ਕਰਵਾ ਕੇ ਸੋਪਿਆ ਪਾ ਕੇ ਹਾਂਜੀ ਤੇ ਚੋਹ ਕੇ ਨੰਦ ਲਗਾਇਆ ਗਿਆ। ਹਾਂਜੀ ਹਾਂਜੀ, ਕਿ ਚਲੋ ਉਹ ਬਹੁਤ ਇਹਨਾਂ ਨੂੰ ਬੇਟੀਆਂ ਨੂੰ ਮਾਣ ਮਹਿਸੂਸ ਹੋ ਗਿਆ ਕਿ ਹਾਂ ਮੇਰੇ ਪਾਪਾ ਜਿਹੜੇ ਸਿੰਨਾ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ, ਉਹਨਾਂ ਦੀ ਖੁਸ਼ੀ ਨੇ ਬਿਆਨ ਨਹੀਂ ਕਰ ਸਕਦੇ, ਇਸੇ ਕਰਕੇ ਉਹਨਾਂ ਨੇ ਆਪਣੇ ਪਾਪਾ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੇ ਅੰਦਰ ਲਿਆਂਦਾ।